ਪੰਜਾਬ ਦੇ ਹਾਲਾਤ ਲਗਾਤਾਰ ਵਿਗੜਦੇ ਹੋਏ ਨਜ਼ਰ ਆ ਰਹੇ ਨੇ। ਤੁਹਾਨੂੰ ਦੱਸ ਦਿੰਦਿਆਂ, ਆਏ ਦਿਨ ਕੋਈ ਨਾ ਕੋਈ ਘਟਨਾ ਜ਼ਰੂਰ ਵਾਪਰਦੀ ਹੈ ਜਿਸ ਦੇ ਨਾਲ ਲੋਕਾਂ ਦੇ ਦਿਲ ਦਹਿਲ ਜਾਂਦੇ ਨੇ। ਤੁਹਾਨੂੰ ਦੱਸ ਦਿੰਦਿਆਂ ਕਿ ਆਏ ਦਿਨ ਅਜਿਹੀਆਂ ਘਟਨਾਵਾਂ ਜੋ ਘਟਦੀਆਂ ਨੇ ਉਹਨਾਂ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਸਖ਼ਤ ਕਦਮ ਚੁੱਕੇ ਜਾਂਦੇ ਨੇ। ਥਾਂ ਥਾਂ 'ਤੇ ਨਾਕੇ ਲਗਾਏ ਜਾਂਦੇ ਨੇ, ਗੱਡੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਵਾਹਨਾਂ ਦੇ ਕਾਗਜ਼ਾਤ ਨਹੀਂ ਹੁੰਦੇ ਉਹਨਾਂ ਦੇ ਚਲਾਨ ਵੀ ਕੱਟੇ ਜਾਂਦੇ ਨੇ। ਲੇਕਿਨ ਇਸੇ ਦੌਰਾਨ ਟ੍ਰੈਫਿਕ ਪੁਲਿਸ ਕਰਮਚਾਰੀ ਦੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ। ਤੁਹਾਨੂੰ ਦੱਸ ਦਿੰਦਿਆਂ ਮੋਗਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਦੇ ਵਿੱਚ ਟ੍ਰੈਫਿਕ ਪੁਲਿਸ ਵਾਲੇ ਨੇ ਜਦੋਂ ਗੱਡੀ ਨੂੰ ਸਾਈਡ 'ਤੇ ਲਗਾਉਣ ਦੇ ਲਈ ਇੱਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਡਰਾਈਵਰ ਨੇ ਟ੍ਰੈਫਿਕ ਪੁਲਿਸ ਕਰਮਚਾਰੀ 'ਤੇ ਕਾਰ ਚੜਾ ਦਿੱਤੀ ਅਤੇ ਦੂਰ ਤੱਕ ਘਸੀਟਦਾ ਹੋਇਆ ਉਸ ਨੂੰ ਲੈ ਜਾਂਦਾ। ਤੁਹਾਨੂੰ ਦੱਸ ਦਿੰਦੇ ਹਾਂ ਕਿ CCTV ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਗੱਡੀ ਜੋ ਹੈ ਟ੍ਰੈਫਿਕ ਕਰਮਚਾਰੀ ਨੂੰ ਘਸੀਟਦੀ ਹੋਈ ਨਜ਼ਰ ਆ ਰਹੀ ਹੈ। ਟ੍ਰੈਫਿਕ ਕਰਮਚਾਰੀ ਦੇ ਕਾਫੀ ਸੱਟਾਂ ਵੀ ਲੱਗੀਆਂ ਨੇ। ਮੋਗਾ ਦੇ ਅਕਾਲਸਰ ਰੋਡ ਦੀ ਇਹ ਪੂਰੀ ਘਟਨਾ ਹੈ ਜਿੱਥੇ ਇੱਕ ਕਾਰ ਡਰਾਈਵਰ ਦੇ ਵੱਲੋਂ ਟ੍ਰੈਫਿਕ ਪੁਲਿਸ ਕਰਮਚਾਰੀ 'ਤੇ ਗੱਡੀ ਚੜਾ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਪੂਰੀ ਘਟਨਾ ਤੋਂ ਬਾਅਦ ਟ੍ਰੈਫਿਕ ਪੁਲਿਸ ਕਰਮਚਾਰੀ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮੈਂ ਸਰ ਆਪਣਾ ਟ੍ਰੈਫਿਕ ਸੈੱਲ ਮੋਗਾ ਜੀ। ਜੀ ਇਹ ਸਰ ਮਾਮਲਾ ਇਸ ਤਰ੍ਹਾਂ ਵੀ ਮੇਰੀ ਅਕਾਲਸਾ ਰੋਡ ਪਰ ਡਿਊਟੀ ਲੱਗੀ ਸੀ ਸੁਬਹਾ 8 ਤੋਂ ਲੈ ਕੇ ਰਾਤ ਦੇ 7 ਵਜੇ ਤੱਕ। ਆਪਣੇ ਕੈਂਪ ਰੋਡ ਤੋਂ ਅੱਗੇ ਜਾ ਕੇ ਥੋੜ੍ਹਾ ਜਿਹਾ 5-7 ਦੁਕਾਨਾਂ ਛੱਡ ਕੇ ਜੀ 6:10 ਦਾ ਟਾਈਮ ਸੀ ਅਤੇ ਇੱਕ ਗੱਡੀ ਰੋਂਗ ਸਾਈਡ ਖੜ੍ਹੀ ਸੀਗੀ ਦੂਸਰੀ ਸਾਈਡ। ਉਹਨੂੰ ਮੈਂ 2-3 ਵਾਰੀ ਜਾ ਕੇ ਬੜੇ ਪਿਆਰ ਸਤਿਕਾਰ ਨਾਲ ਕਿਹਾ ਵੀਰ ਜੀ ਤੁਹਾਡੀ ਵਜ੍ਹਾ ਨਾਲ ਜਾਮ ਲੱਗਿਆ ਵਾ ਬਹੁਤ ਜ਼ਿਆਦਾ, ਤੁਸੀਂ ਗੱਡੀ ਆਪਣੀ ਰੋਂਗ ਸਾਈਡ ਤੋਂ ਪਾਰਕਿੰਗ ਕਰ ਲਓ ਲਿਜਾ ਕੇ ਜਨਤਾ ਫਰਨੀਚਰ ਵਾਲਿਆਂ ਦੇ ਬਿਲਕੁਲ ਸਾਹਮਣੇ। ਉਹ ਮੈਨੂੰ ਗੱਡੀ ਸਾਈਡ 'ਤੇ ਕਰਨ ਦੀ ਬਜਾਏ ਬਹੁਤ ਮੰਦੀ ਸ਼ਬਦ ਵਾਲੀ ਭਾਸ਼ਾ ਬੋਲਣ ਲੱਗ ਗਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਆਪਣੇ ਸੀਨੀਅਰ ਅਫਸਰਾਂ ਨੂੰ ਬੁਲਾਉਣਾ ਅਤੇ ਤੇਰੀ ਗੱਡੀ ਰਾਊਂਡ ਅਪ ਕਰਦੇ ਹਾਂ, ਚਲਾਨ ਕਰਦੇ ਹਾਂ। ਉਹਨੂੰ ਪਤਾ ਨਹੀਂ ਕੀ ਡਰ ਪਿਆ ਕੀ ਨਹੀਂ ਪਿਆ। ਮੈਂ ਜਦੋਂ ਉਹਦੀ ਗੱਡੀ ਦੇ ਅੱਗੇ ਦੀ ਲੰਘਣ ਲੱਗਾ ਵੀ ਤੇਰੀ ਗੱਡੀ ਆਪਣਾ ਅਫਸਰਾਂ ਨੂੰ ਦੱਸਦੇ ਬੰਦ ਕਰਾਉਂਦੇ, ਉਹਨੇ ਮਾਰੀ ਸੈਲਫ ਯਕਦਮ ਗੱਡੀ ਭਜਾਈ ਅਤੇ ਆਪਣੇ ਬੁਰਨ 'ਤੇ ਸੈੱਟ ਗਏ ਅਤੇ ਕਾਫੀ ਦੂਰ ਤੱਕ ਘੜੀਸਦਾ ਗਿਆ। ਮੈਂ ਬੜਾ ਰੌਲਾ ਪਾਇਆ, ਆਹ ਬਾਹ ਨਾ ਮੈਂ ਰੌਲਾ ਪਾਉਂਦਾ ਰਿਹਾ। ਮੁੜ ਕੇ ਮੈਂ ਉਹਦੀ ਬੁਰਨ 'ਤੇ ਹੱਥ ਵੀ ਮਾਰੇ ਵੀ ਰੋਕ ਗੱਡੀ ਰੋਕ ਗੱਡੀ। ਉਹਨੇ ਯਕਦਮ ਬ੍ਰੇਕਾਂ ਮਾਰੀਆਂ, ਬ੍ਰੇਕਾਂ ਮਾਰ ਕੇ ਗੱਡੀ ਭਜਾ ਕੇ ਲੈ ਗਿਆ। ਗੱਡੀ ਉਸ ਟਾਈਮ ਤਾਂ ਮੈਨੂੰ ਪਤਾ ਨਹੀਂ ਲੱਗਿਆ, ਹੁਣ ਬਾਅਦ ਦੇ ਵਿੱਚ ਪਤਾ ਲੱਗ ਰਿਹਾ ਵੀ ਗੱਡੀ ਮੋਗੇ ਤੋਂ ਗਈ ਆਈ ਅਤੇ ਉਹਦੀ CCTV ਕੈਮਰੇ 'ਚ ਸਾਰਾ ਕੁਛ ਆ ਗਿਆ ਜੀ। ਮੇਰੇ ਲੋਕ ਦੱਸ ਰਹੇ ਆ ਵੀ ਮੋਗੇ ਦੇ ਹੀ ਆਈ। ਜੋ ਅਫਸਰ ਕਾਰਵਾਈ ਕਰਨਗੇ ਉਹ ਹੋ ਜਾਊਗੀ। ਸਾਹਮਣੇ ਆ ਰਹੀ ਹੈਗੀ ਕਿ ਟ੍ਰੈਫਿਕ ਆਪਣਾ ਕਰਮਚਾਰੀ ਸੀਗਾ ਉਹਦੇ 'ਤੇ ਕਾਰ ਚੜ੍ਹਾਇਆ ਦੀ ਗੱਲ ਆ ਰਹੀ ਹੈ ਸਾਹਮਣੇ। ਹਾਂਜੀ, ਉਹ ਕੱਲ੍ਹ ਸ਼ਾਮ ਦੀ ਘਟਨਾ 6:10 ਦੀ, ਜਿਹੜਾ ਫਾਟਕ ਦੇ ਵਿੱਚ ਕੋਈ ਪ੍ਰੋਬਲਮ ਸੀਗੀ, ਜਾਮ ਕਾਫੀ ਸੀਗਾ, ਇੱਕ ਰੋਂਗ ਸਾਈਡ ਲੱਗੀ ਹੋਈ ਸੀ ਸਵਿਫਟ ਕਾਰ, ਜਿਸ ਨੂੰ ਸਾਡੇ ਮੁਲਾਜ਼ਮ ਜਗਤਾਰ ਸਿੰਘ ਨੇ ਕਿਹਾ ਵੀ ਜਾਮ ਲੱਗ ਰਿਹਾ ਤੁਹਾਡੀ ਵਜ੍ਹਾ ਨਾਲ ਅੱਗੇ ਲੈ ਜਾਓ। ਉਹ ਬੰਦਾ ਥੋੜ੍ਹਾ ਨਹੀਂ, ਉਹਨਾਂ ਦੇ ਅੱਖੇ ਲੱਗ ਰਿਹਾ ਸੀ, ਫਿਰ ਉਹਨਾਂ ਨੇ ਰਿਕੁਐਸਟ ਕੀਤੀ ਵੀ ਮੈਂ ਆਪਣੇ ਸੀਨੀਅਰ ਅਫਸਰਾਂ ਨੂੰ ਮੌਕੇ 'ਤੇ ਬੁਲਾਉਣਾ। ਜਦੋਂ ਉਹਨਾਂ ਨੂੰ ਇੰਨੀ ਗੱਲ ਕਹੀ, ਉਹਨਾਂ ਨੇ ਗੱਡੀ ਦੀ ਸੈਲਫ ਮਾਰਤੀ, ਜਗਤਾਰ ਸਿੰਘ ਨੂੰ ਘੜੀਸਦੇ ਹੋਏ ਗੱਡੀ ਨਾਲ ਲੈ ਗਏ। ਜਗਤਾਰ ਸਿੰਘ ਕੋਈ ਬਚਾਅ ਹੋਇਆ ਕਿੱਦਾਂ ਜੀ? ਉਹ ਸਿਵਲ ਹੋਸਪਿਟਲ ਜਿਹੜੇ ਇਲਾਜ ਹੈ ਜੀ, ਬਾਕੀ ਜੋ ਇਨਵੈਸਟੀਗੇਸ਼ਨ ਹੋਊਗਾ, ਜੋ ਬਿਆਨ ਹੋਊਗਾ, ਉਹਦੇ ਆਧਾਰ 'ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਗੱਡੀ ਕਿੱਥੋਂ ਦੀ ਸੀ ਆ? ਗੱਡੀ ਲੋਕ ਮੋਗੇ ਦੀ ਹੋਈ ਹੈ ਜੀ।